ठीक है जी। गली जी आऊं चो उधरों गली डाउन है, इधरों भी जी गली ਸਾਨੂੰ ਕਹਿਣ ਲੱਗ ਪਿਆ ਕਿ ਇੱਥੇ ਐਮ ਐਲ ਏ ਆਏਗਾ, ਇੱਥੇ ਫਲਾਣਾ ਆਏਗਾ, ਐਮ ਐਲ ਏ ਦੇ ਨਾਲ ਕੋਈ ਹੋਰ ਬੰਦਾ ਆਏਗਾ। ਮੈਂ ਕਿਹਾ ਯਾਰ ਐਮ ਐਲ ਏ ਚੁਣਿਆ ਸੀਗਾ, ਹਮੀਦ ਅੰਸਾਰੀ ਚੁਣਿਆ ਸੀਗਾ ਜੀ, ਸਾਨੂੰ ਡਰਾਉਣ ਵਾਸਤੇ ਮਤਲਬ ਕਿਉਂ ਆਏਗਾ ਇੱਥੇ। ਪਠਾਨਕੋਟ ਕੇ ਵਾਰਡ ਨੰਬਰ 49 ਮੇਂ ਗਲੀ ਨਿਰਮਾਣ ਕੋ ਲੇਕਰ ਵਿਵਾਦ ਬੜਤਾ ਜਾ ਰਹਾ ਹੈ। ਬੀਤੇ ਦਿਨੋਂ ਇਸ ਗਲੀ ਮੇਂ ਪਾਰਸ਼ਦ ਪਤੀ ਰਜਿੰਦਰ ਲਾੜੀ ਕੇ ਉੱਪਰ ਗਲੀ ਕੋ ਜ਼ਬਰਦਸਤੀ ਉਖਾੜ ਦੇਣੇ ਕੇ ਆਰੋਪ ਲਗੇ ਥੇ, जिसके बाद इस काम को निगम की ओर से रुकवा दिया गया था। उसके बाद ठेकेदार को नोटिस जारी कर जुर्माना देने की बात मेयर पन्नालाल भाटिया द्वारा की गई थी। आज फिर इस गली में माहौल उस समय तनावपूर्ण हो गया जब कुछ कथित ठेकेदार के व्यक्ति मोहल्ला निवासियों के साथ उलझ पड़े और विधायक अश्विनी शर्मा के नाम लेकर धमकी देने लगे। मोहल्ला निवासी नितिन ठाकुर सहित लोगों ने कहा कि ठेकेदार द्वारा उनकी मर्जी के बिना अपनी धक्केशाही से काम किया जा रहा है, अगर इसी तरह काम चलता रहा तो सभी गलियों का पानी उनके घर के सामने आकर रुक जाएगा। उन्होंने नगर निगम प्रशासन से इस समस्या का समाधान करने की मांग की है। जब इस बारे में निगम मेयर पन्नालाल भाटिया से बात की गई तो उन्होंने कहा कि कर्मचारियों को मौका देखने के लिए ड्यूटी लगा दी गई है, लोगों की सहमति के बिना कोई भी काम नहीं किया जाएगा। केआरटी न्यूज नेटवर्क के लिए पठानकोट से लक्की सरोज की रिपोर्ट। दोबारा शुरू भी होया की मामला है ਭਾਜੀ? ਐਕਚੁਅਲ ਦੇ ਵਿੱਚ ਤਾਂ ਜਿਹੜੀ ਮਤਲਬ ਕਿ ਅਗਰ ਮੇਅਰ ਸਾਹਿਬ ਦੀ ਮੰਨੀ ਜਾਏ, ਐਸ ਸੀ ਸਾਹਿਬ ਦੀ ਮੰਨੀ ਜਾਏ, ਇੱਥੇ ਕੰਮ ਲੱਗਣਾ ਨਹੀਂ ਸੀ ਚਾਹੀਦਾ। ਫਿਰ ਵੀ ਪਰਸਨਲ ਵਿਹਾਰ ਦੇ ਜੀ, ਅਸੀਂ ਠੇਕੇਦਾਰ ਚੇਂਜ ਕਰਤਾ, ਇੱਦਾਂ ਕਰਤਾ, ਉਹਨਾਂ ਦੇ ਇੱਕ ਬੰਦਾ ਆਇਆ ਅਤੇ ਉਹਨਾਂ ਅੱਗੇ ਸਾਨੂੰ ਕਿਹਾ ਕਿ ਚੇਂਜ ਕਰਦਾ, ਸਭ ਕੁਝ ਕਰੇਗਾ। ਅਸੀਂ 2-4 ਦਿਨ ਵਾਸਤੇ ਬਾਹਰ ਚਲੇ ਗਏ, ਹੋਦੀਆਂ ਜਿਹੜੀਆਂ ਸਾਡੀਆਂ ਬਣਾਈਆਂ ਜੀ 6-6। ਪਹਿਲੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਕਿ ਉਸ ਗਲੀ ਦਾ ਪਾਣੀ ਇੱਧਰ ਆਉਂਦਾ, ਜਿਹੜਾ ਮੈਂ ਅਸੀਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ, ਇਸ ਗਲੀ ਦਾ ਪਾਣੀ ਵੀ ਆਉਂਦਾ, ਇਹ ਪਿਛਲੀ ਗਲੀ ਦਾ ਪਾਣੀ ਵੀ ਇੱਧਰ ਆਉਂਦਾ। ਹੁਣ ਇਹਨੇ ਕੀ ਕੀਤਾ ਹੈ ਕਿ ਉਹਦੀ ਜਿਹੜੀ ਜਿੱਧਰ ਨੂੰ ਸਾਡਾ ਪਾਣੀ ਲੰਘਦਾ ਸੀਗਾ, ਉਹਦੀ ਸਲੋਪ ਵੀ ਸਾਡੇ ਵਾਲੇ ਪਾਸੇ ਕਰਤੀ, ਠੀਕ ਹੈ ਜੀ। ਇਹ ਕਰ ਰਹੇ ਸੀਗੇ ਫੋਨ ਤੇ ਗੱਲ ਤੁਸੀਂ ਅਜੇ ਨਾਲ, ਠੀਕ ਹੈ ਜੀ। ਜਿਹੜਾ ਬੰਦਾ ਇੱਥੇ ਗੱਡੀ ਲੈ ਕੇ ਆਇਆ, ਉਹਦੀ ਮੈਂ ਗੱਡੀ ਲੈ ਕੇ ਆਇਆ, ਉਹ ਅਜੇ ਨਾਲ ਗੱਲ ਕਰ ਰਿਹਾ ਸੀ। ਉਹਨੂੰ ਕਹਿੰਦਾ ਜੀ ਲੈਵਲ ਕੱਢਤੇ ਜੀ, ਅਸੀਂ ਹੋਦੀਆਂ ਵੀ ਬਣਾਤੀਆਂ, ਹੋਦੀਆਂ ਮੈਂ ਤੁਹਾਨੂੰ ਦਿਖਾਣਾ ਜੀ, 6-6 ਇੰਚ ਦੀਆਂ ਹੋਦੀਆਂ ਬਣਾਈਆਂ ਨੇ ਇਹਨਾਂ ਨੇ, ਤੇ ਇਸ ਹਿਸਾਬ ਨਾਲ ਇਹ ਕੰਮ ਕਰ ਰਹੇ, ਮਤਲਬ ਕਿ ਇਹ ਸਟਾਪ ਗੈਪ ਮੇਜਰ ਕਰ ਰਹੇ ਨੇ, ਬਿਲਕੁਲ ਕੰਮ ਚਲਾਓ ਕੰਮ ਕਰ ਰਹੇ ਨੇ ਕਿ ਫਟਾਫਟ ਗਲੀ ਬਣਾਈਏ ਤੇ ਇੱਥੋਂ ਨਿਕਲੀਏ। ਮੈਂ ਸੀ ਸਾਹਿਬ ਨੂੰ ਫੋਨ ਕੀਤਾ, ਕਹਿੰਦੇ ਇਮੀਡੀਏਟਲੀ ਗਲੀ ਰੁਕਵਾਓ, ਜਦੋਂ ਇਹਨਾਂ ਨੂੰ ਆਰਡਰ ਹੀ ਨਹੀਂ ਹੈਗਾ ਤੇ ਇਹ ਕਿਸ ਤਰ੍ਹਾਂ ਆ ਕੇ ਇੱਥੇ ਗਲੀ ਦਾ ਕੰਮ ਕਰਨ ਲੱਗ ਪਏ। ਦੂਜੀ ਗੱਲ ਭਾਜੀ, ਇਹ ਅਸੀਂ ਇਹ ਗਲੀ ਜਿਹੜੀ ਹੈਗੀ ਹੈ, ਇਹਦੇ ਅਸੀਂ ਰਿਕੁਐਸਟ ਕਰਨੇ ਆ ਕਮੇਟੀ ਨੂੰ ਕਿ ਪਲੀਜ਼ ਇਹਦੇ ਜਿਹੜੀ ਟੈਂਡਰ ਦੀ ਕਾਪੀ ਉਹ ਸਾਨੂੰ ਦਿੱਤੀ ਜਾਏ, ਇਹਦੇ ਅੰਦਰ ਇਹ ਵਾਕਈ ਟੈਂਡਰ ਪਾਸ ਹੋਏ ਦੇ ਵੀ ਹੈ ਕਿ ਨਹੀਂ ਹੋਏ ਦੇ, ਇਹਦਾ ਮਸਲਾ ਕੀ ਹੈ। ਟੈਂਡਰ ਦੀ ਕਾਪੀ ਦਿੱਤੇ ਬਗੈਰ ਇੱਥੇ ਠੇਕੇ ਦਾ ਕੰਮ ਨਾ ਕਰੇ, ਸਾਨੂੰ ਪਲੀਜ਼ ਟੈਂਡਰ ਦੀ ਜਿਹੜੀਆਂ ਕਾਪੀਆਂ ਦਿੱਤੀ ਜਾਣ। ਜਿਹੜੇ ਭਾਈ ਸਾਹਿਬ ਆਏ ਸੀਗੇ ਉਹ ਅਬਿਊਸਿਵ ਹੋ ਰਹੇ ਸੀਗੇ, ਜਦੋਂ ਅਬਿਊਸਿਵ ਹੋਏ ਤਾਂ ਫਿਰ ਅਸੀਂ ਵੀ ਉਹਨੂੰ ਜਿਹੜਾ ਹੁਣ ਸਖਤੀ ਨਾਲ ਪੁੱਛਿਆ ਕਿ ਹਾਂ ਬਈ ਕਿ ਤੂੰ ਕਿਸ ਬੇਸ ਦੇ ਉੱਤੇ ਗੱਡੀਆਂ ਲੈ ਕੇ ਅਤੇ ਸਾਰਾ ਕੁਝ ਲੈ ਕੇ ਇੱਥੇ ਆ ਗਿਆ, ਜਦੋਂ ਜੇ ਐਸ ਸੀ ਸਾਹਿਬ ਕਹਿ ਰਹੇ ਨੇ ਔਰ ਉੱਪਰੋਂ ਝੂਠ ਬੋਲ ਰਹੇ ਹੈਗਾ ਅਜੇ ਜੀ ਨੂੰ, ਜਿਹਨੂੰ ਵੀ ਤੁਸੀਂ ਫੋਨ ਕਰ ਰਹੇ ਹੋ, ਠੀਕ ਹੈ ਜੀ। ਅਤੇ ਉਹ ਸਾਨੂੰ ਕਹਿਣ ਲੱਗ ਪਿਆ ਜੀ ਇੱਥੇ ਐਮ ਐਲ ਏ ਆਏਗਾ, ਇੱਥੇ ਫਲਾਣਾ ਆਏਗਾ, ਐਮ ਐਲ ਏ ਦੇ ਨਾਲ ਕੋਈ ਹੋਰ ਬੰਦਾ ਆਏਗਾ। ਮੈਂ ਕਿਹਾ ਯਾਰ ਐਮ ਐਲ ਏ ਚੁਣਿਆ ਸੀਗਾ, ਹਮੀਦ ਅੰਸਾਰੀ ਚੁਣਿਆ ਸੀਗਾ ਅਸੀਂ, ਸਾਨੂੰ ਡਰਾਉਣ ਵਾਸਤੇ ਮਤਲਬ ਕਿ ਉਹ ਆਏਗਾ ਇੱਥੇ? ਪਾਣੀ ਦਾ ਮਸਲਾ ਸਾਡਾ ਕਿ ਐਮ ਐਲ ਏ ਦਾ? ਘਰ ਦੇ ਬਾਹਰ ਸਾਡੇ ਪਾਣੀ ਖੜਾ ਹੁੰਦਾ ਕਿ ਐਮ ਐਲ ਏ ਦੇ ਘਰ ਦੇ ਬਾਹਰ ਪਾਣੀ ਖੜਾ ਹੁੰਦਾ? ਮਸਲਾ ਸਾਡਾ ਇਹ ਹੈ, ਸਾਡਾ ਹੀ ਜਿਹੜੇ ਪਾਣੀ ਦੀ ਨਿਕਾਸੀ ਦੇਣੀ ਸੀਗੀ, ਤੁਸੀਂ ਤਾਂ ਸਾਰੀ ਗਲੀਆਂ ਦਾ ਪਾਣੀ ਇਕੱਠਾ ਕਰਕੇ ਮੇਰੇ ਉੱਪਰ ਲਿਆ ਰਹੇ ਹੋ, ਉੱਪਰੋਂ ਤੁਸੀਂ ਝੂਠ ਦੱਸ ਰਹੇ ਹੋ ਆਪਣੇ ਉੱਪਰ, ਜਿਹਦੇ ਨਾਲ ਵੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਅਸੀਂ ਲੈਵਲ ਕੱਢਤੇ। ਇਹ ਲੈਵਲ ਮੈਂ ਤੁਹਾਨੂੰ ਸਾਰੇ ਚੈੱਕ ਕਰਾਤੇ ਭਾਅ ਜੀ, ਸਾਰਾ ਲੈਵਲ ਇੱਧਰ ਨੂੰ ਕੱਢਿਆ ਇਹਨਾਂ ਨੇ, ਇਹ ਗਲੀ ਦਾ ਪਾਣੀ ਵੀ ਇੱਧਰ ਨੂੰ ਆਉਣਾ, ਇਹ ਜਿਹੜਾ ਜਿੱਧਰ ਨੂੰ ਜਾ ਰਿਹਾ ਸੀਗਾ ਉੱਧਰੋਂ ਵੀ ਬੈਕ ਇੱਧਰ ਆਉਣਾ, ਇੱਧਰੋਂ ਵੀ ਬੈਕ ਇੱਧਰ ਆਉਣਾ, ਠੀਕ ਹੈ ਜੀ। ਦੂਜੀ ਜਿਹੜੀ ਮੇਅਰ ਸਾਹਿਬ ਨਾਲ ਜਿਹੜੀ ਉਹਨਾਂ ਦੀ ਆਏ ਸੀਗੇ ਕਿ ਅਸੀਂ ਪਾਈਪਾਂ ਵੀ ਪਾਵਾਂਗੇ, ਸੀਵਰ ਜੋ ਵੀ ਹੋਏਗੀ ਰਿਕੁਆਇਰਮੈਂਟ ਅਸੀਂ ਪਾਵਾਂਗੇ, ਇੱਕ ਸੀਵਰ ਦੀ ਹੋਦੀ ਇੱਥੇ ਬੰਨੀ ਸੀਗੀ, ਉਹਦੇ ਨਾਲ ਦੋ ਹੋਦੀਆਂ 'ਤੇ ਕੱਟ ਕੇ ਵਿੱਚ ਕਨੈਕਸ਼ਨ ਦੇਣਾ ਸੀਗਾ, ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਆਉਂਦੇ ਨੇ ਫਟਾਫਟ ਮਤਲਬ ਕਿ ਆਪਣਾ ਕੰਮ ਨਿਬੇੜ ਕੇ ਅਤੇ ਫਟਾਫਟ ਜਾਣ ਵਾਲੀ ਗੱਲ ਕਰਦੇ ਨੇ, ਔਰ ਅਗਰ ਕੋਈ ਗੱਲ ਕਰੋ ਤਾਂ ਐਮ ਐਲ ਏ ਸਾਹਿਬ ਦੀ ਧਮਕੀ ਦੇ, ਐਮ ਐਲ ਏ ਸਾਹਿਬ ਆਣ ਕੇ ਸਰ ਮੈਨੂੰ ਇਹ ਗੱਲ ਦੱਸੋ ਕਿ ਅਸੀਂ ਇਹ ਵੋਟ ਜਦੋਂ ਪਾਉਂਦੇ ਹਾਂ ਅਸੀਂ ਉਹਨਾਂ ਨੂੰ ਆਪਣੇ ਨੂੰ ਡਰਾਉਣ ਵਾਸਤੇ ਪਾਉਂਦੇ ਹਾਂ ਕਿ ਸਾਡੀ ਸਮੱਸਿਆ ਦਾ ਹੱਲ ਕਰਨ ਵਾਸਤੇ ਪਾਉਂਦੇ ਹਾਂ, ਠੀਕ ਹੈ ਜੀ। ਅਸੀਂ ਐਮ ਐਲ ਏ ਚੁਣਿਆ ਸੀਗਾ ਜਾਂ ਕਿ ਡਾਊਨ ਬਣਾਇਆ ਕੋਈ ਸ਼ਹਿਰ ਦਾ ਸੀ, ਸਾਡੀ ਸਮੱਸਿਆ ਦਾ ਹੱਲ ਕਰੋ, ਸਾਡੇ ਘਰ ਦੇ ਬਾਹਰ ਪਾਣੀ ਖੜਾ ਹੁੰਦਾ ਨਾ ਕਿ ਐਮ ਐਲ ਏ ਘਰ ਦੇ ਬਾਹਰ, ਇਹ ਮਸਲਾ ਸਾਡਾ ਹੈ ਉਹਨਾਂ ਦਾ ਮਸਲਾ ਨਹੀਂ ਹੈ, ਸਾਡੇ ਘਰ ਦਾ ਹੱਲ ਕੀਤਾ ਜਾਵੇ। ਭਾਅ ਜੀ ਹੁਣ ਪਿੱਛੇ ਜੀ ਬਿਆਨ ਆਇਆ ਸੀਗਾ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ ਜਿਹੜੇ ਐਮ ਸੀ ਸਾਹਿਬਾਨ ਹੈ ਉਹ ਆ ਪਾਉਣ ਗਲੀ ਦੇ ਵਿੱਚ, ਅੱਜ ਇਸ ਗਲੀ ਨੂੰ ਪੰਗਾ ਪਏ ਘੱਟੋ ਘੱਟ ਵੀ ਇੱਕ ਮਹੀਨਾ ਹੋ ਗਿਆ, ਉਹਨਾਂ ਦੀ ਕੋਈ ਇੱਥੇ ਉਹ ਨਹੀਂ ਆਏ ਹੈਗੇ। ਹਾਂਜੀ ਉਹਨਾਂ ਦੇ ਜਿਹੜੇ ਹਸਬੈਂਡ ਉਹ ਆਉਂਦੇ, ਮਾਨਯੋਗ ਮੁੱਖ ਮੰਤਰੀ ਜੀ ਦਾ ਬਿਆਨ ਆਇਆ ਸੀਗਾ ਕਿ ਜਿਹੜੀ ਐਮ ਸੀ ਸਾਹਿਬਾਨ ਉਹ ਆ ਪਾਉਣ, ਉਹਨਾਂ ਦੇ ਜਿਹੜੇ ਮਤਲਬ ਕਿ ਹਸਬੈਂਡ ਜਾਂ ਅਗਰ ਕੋਈ ਵਾਈਫ ਹੈ ਉਹ ਨਾ ਆਉਣ, ਹੈ ਨਾ ਜੀ। ਅਤੇ ਅਸੀਂ ਇਹ ਵੀ ਮੰਗ ਕਰਨਾ ਚਾਹੁੰਦੇ ਹਾਂ ਮੇਅਰ ਸਾਹਿਬ ਨੂੰ ਕਿ ਕਿਰਪਾ ਕਰਕੇ ਇਹਨਾਂ ਨੂੰ ਇਹ ਬੋਲਿਆ ਜਾਏ ਕਿ ਜਿਹੜੀ ਆਈ ਹੈ ਬਿਆਨ ਆਇਆ ਉਹਦੇ 'ਤੇ ਰਹਿਣ ਹੈ, ਹੈ ਨਾ ਜੀ। ਐਵੇਂ ਜਾ ਕੇ ਜ਼ਬਰਦਸਤੀਆਂ ਨਾ ਕਰਨ, ਜ਼ਬਰਦਸਤੀ ਲੋਕਾਂ ਦੀ ਗਲੀਆਂ ਨਾ ਪੁੱਟਣ।
देखो जी, असं दो तीन बारी पहला भी कह चुके हैं कि गलियों का लैवल प्रॉपर किया जाए तो आर सी सी वाली गली बनाई जाए, काफ़ी मजबूत है। एक गली पुट दिती हुई है तो इतने जो टाइल लगन वो बैठ जानी है, समस्या फिर उदा ही रहनी है। आस पास दलियाँ उचिया है तो वो जी सड़क बनी ही 6 महीने पहला तारकोल की, उन्होंने पुट दिता उतों, तो अं पुछना चाहते हैं कि वह कि कहने पुटी है तो वो खिलाफ़ की कार्रवाई की है कौंसल ने, तो उतू की जुर्माना लाया, तो इन्ह गलियों का प्रॉपर एक टैक्नीकल बंदा जरा कमेटी घर तो आए जई साहब आन और लैवलिंग कर पानी की निकासी का उचित प्रबंध कर, जी सीवरेज की आपस कनैक्टिविटी नहीं हैगी तो कनैक्शन जोड़े जाए। इस समय तुम दोबारा मेरे ध्यान च लिया गया, मैं अपने ऑफिसर की ड्यूटी लगा रहा उत्ते मौके दे मौके ते जाणगे, जो भी उन्हां दा मैटर होएगा उन्हें सॉल्व करके आएंगे। और मैं एक बार फिर तुहानू इहो भरोसा दिलाना भी जिहड़ा भी काम होएगा लोगों की सहमति दे नाल ही होएगा। ठेकेदार कोई चेंज नहीं किया गया, ठेकेदार उही है काम करने वाला। पर आपां इह भी देख लैंदे आ, जे तुसीं कहा भी ठेकेदार चेंज किया गया तो मैं पता कर लैंदा भी ठेकेदार चेंज आया कि नहीं चेंज, क्योंकि ठेकेदार चेंज नहीं हो सकता जित तक मैनू पता, उहो ठेकेदार काम कर रहा है। वा भी लेबर चेंज हो सकती है, तो काम लोगों की कंसेंट के नाल ही होएगा।